हाँ जी किदा की हाल चाल है। होप सो सारे ने वधिया ते ठीक ठाक होंगे। वेलकम अगेन टू करन द वाइंस। अज दी वीडियो निकिता पीबी 30 निकिता पीबी 31 ते आ ते अज दी वीडियो दे विच ना बहुत कुछ खुलासे ते बहुत कुछ गल्लां भी होणगीआं। बट मैं क्या जिंदगी दे विच ना इन्ना मैं तुहानूं शायद हसाया नहीं होगा जिन्ना मैं आह वीडियो देख के आप हसियागा। सो वीडियो दे एंड तक बने रहियो एंड थैंक यू सो मच। मेरे ख्याल जो तक मैं पोस्ट करूंगा 150K हो गए होने मेरे। सो पहला ही थैंक यू सो मच कि तुसी 18 तरीक तो पहले सारा कुछ कराता। लव यू सो मच तुहानू सारयां नू। ते वीडियो च बने रहियो, वीडियो स्किप ना करियो क्योंकि आह वीडियो ना बहुत इंटरेस्टिंग होने वाली है। निकिता पीबी यार 30 निकली जांदा मुझे 31 यार वह है गुरदासपुर की पता नहीं 31 अच्छा फेम भी लैना ना तां कर दी आ। सो अज आपां उहनां बारे गल करांगे। सो मिलदे आ तुहानू वीडियो दे विच ते करिए वीडियो शुरू। अज आप फेमस जी पंजाब की कुड़ी बहुत ज्यादा फेमस हो रही है इंस्टाग्राम से यूट्यूब से काफी पॉपुलर्स ने पॉपुलर्स ने ओह माय गॉड्स ने आई एम आल्सो गुड स्नोस ना भैन चोद बस जरा मर्जी अंग्रेजी का वर्ड हो एंड च एस ला दो तो इन्होंने लगता कि अंग्रेजी की पैदा हुई औलाद आ। भैन चो इंग्लिश नहीं आती तो ना बोलो भैन चो मूह तरह भैन ही आवे कि काले कार गा तो गल तो करनी पॉपुलर्स ने ठीक है ओके नाइस ने मार दना चक ली मेरी रिंग सिद्धू मूसेवाले की सिस्टर किदा हुई ब्रो केड़ी गल तो हुई मतलब लोकी फेम पिछे इन्ने अन्ने हो चुके हैं ना कि हाँ उन्होंने ये नहीं पता कि कहना की आ आप लोगों मूहरे प्रटेंड की करना बस ना ਭੈਣ ਜੀ ਸਿੱਧੂ ਮੂਸੇ ਦੇ ਸਿਸਟਰ ਨੇ ਵਿਊ ਆ ਜਾਣਗੇ ਬਸ ਇਹ ਗੱਲ ਵੱਖਰੀ ਇਹਦੇ ਵਰਗੀ ਭੈਣ ਹੋਵੇ ਨਾ ਭੈਣ 'ਚ ਮੈਂ ਕਹਿੰਦਾ ਰੱਬ ਹਰ ਕਦੇ ਕੁੜੀ ਨਾ ਜੰਮੇ ਭਰਾ ਜੰਮਦੇ ਵੱਖਰੀ ਗੱਲ ਆ ਪਰ ਆਹ ਜਿਹੜੀ ਝੂਠੀ ਭੈਣ ਬਣ ਕੇ ਸਿਰਫ ਫੇਮ ਪਾਉਣਾ ਚਾਹੁੰਦੀ ਹੋਵੇ ਕਿਸੇ ਨੂੰ ਨਹੀਂ ਚਾਹੀਦੀ ਬ੍ਰੋ ਅੱਜ ਆਪਾਂ ਉਹਨਾਂ ਨੂੰ ਰੈਡੀ ਕੀਤਾ ਹੈ ਜਿਹਦੇ ਕਾਫੀ ਲੋਕ ਫੈਨ ਆ ਇਹ ਲੋਕਸ ਕੀ ਹੁੰਦਾ ਆ ਫੈਨ ਤਾਂ ਸਮਝੇਗਾ ਪੱਕਾ ਹੋ ਗਿਆ ਜਦੋਂ ਭੈਣ 'ਚ ਮਿੱਟੀ ਚੜ ਜਾਂਦੀ ਆ ਲੋਕਸ ਕੀ ਹੁੰਦਾ ਆ ਕਾਫੀ ਲੋਕਸ ਫੈਨ ਆ ਬ੍ਰੋ ਤੇਰੇ 4.5 ਬੈਂਡ ਤਾਂ ਨਹੀਂ ਆਏ ਭੈਣ ਚੋਂ ਆਲਸ ਚੋਂ ਕਿਤੇ ਜਾਣਾ ਤਾਂ ਨਹੀਂ ਤੂੰ ਭੈਣ ਚੋਂ ਨੇਪਾਲ ਦਾ ਵੀਜ਼ਾ ਲਵਾਲਾ ਲੱਗ ਗਿਆ ਇੰਨੀ ਇੰਗਲਿਸ਼ 'ਤੇ ਤਾਂ ਨਹੀਂ ਤੂੰ ਵੀ ਨਹੀਂ ਜਾਣ ਯੋਗਾ ਰਹਿਣਾ ਤੂੰ ਬ੍ਰੋ ਭੈਣ ਚੋਂ ਮਤਲਬ ਕਿਸੇ ਨੂੰ ਹਾਈਪ ਦੇ ਨਹੀਂ ਹੋਵੇ ਤਾਂ ਬੰਦਾ ਕਿਸੇ ਟਾਈਪ ਦੇ ਸਕਦਾ ਇਹ ਤਾਂ ਇਹਨਾਂ ਨੂੰ ਪਤਾ ਹੈਲੋ ਲੋਕਸ ਐਣੀ ਆ ਤੇ ਉਹ ਵੈਰੀ ਗੁੱਡ ਨੇਚਰ ਵੈਰੀ ਗੁੱਡ ਫੈਮਿਲੀ ਨੇਚਰ ਅਸੀਂ ਉਹਨਾਂ ਘਰ ਗਏ ਫੁੱਲੀ ਡਿਸਰੈਸਪੈਕਟਿਡ ਪਰਸਨ ਉਹ ਇਹਦੇ ਜਾ ਕੇ ਨਾ ਮੂੰਹ ਦੇ ਵਿੱਚ ਕੋਈ ਛੱਲੀ ਬਾੜ ਦੋ ਜੇ ਛੱਲੀ ਨਹੀਂ ਬਾੜ ਸਕਦੇ ਤਾਂ ਜਿਹੜੇ ਸਮਝ ਗਏ ਉਹ ਬਾੜ ਦੋ ਪਰ ਇਹਨੂੰ ਚੁੱਪ ਕਰਾਓ ਫੁੱਲੀ ਰਿਸਪੈਕਟਿਡ ਪਰਸਨ ਰਿਸਪੈਕਟਿਡ ਫੈਮਿਲੀ ਫੁੱਲੀ ਉਹ ਜੇ ਨਹੀਂ ਅੰਗਰੇਜ਼ੀ ਆਉਂਦੀ ਤਾਂ ਭੈਣ ਚੋ ਕਿ ਬ੍ਰਿਟਿਸ਼ ਦਾ ਜੰਮਿਆ ਤੂੰ ਭੈਣ ਚੋ ਗੋਰੇ ਛੱਡ ਗਏ ਇੱਥੇ ਕਿ ਬੜਾ ਤੇਰਾ ਭੈਣ ਚੋ ਅਮਰੀਕਾ ਪੱਕਾ ਕਿ ਜਿਹੜਾ ਭੈਣ ਜੇ ਸਾਨੂੰ ਅੰਗਰੇਜ਼ੀ ਮਾਰੀ ਜਾਂਦਾ ਬ੍ਰੋ ਨਹੀਂ ਆਉਂਦੀ ਨਾ ਬੋਲ ਕਿਉਂ ਕੂਸੀਆਂ ਬੋਰੀ ਹਨ ਲੋਕਸ ਫੈਨ ਨੇ ਇਹ ਫੈਨਸ ਨੇ ਫੈਮਿਲੀ ਰਿਸਪੈਕਟਿਡਸ ਨੇ ਇਹ ਭੈਣ ਚੋ ਭੈਣ ਕੀ ਗੱਲਾਂ ਭੁਰਨ ਡਿਆ ਚੰਗੀ ਗੱਲ ਕਰ ਉਹਨਾਂ ਦੇ ਪਾਪਾ ਦਾ ਨੇਚਰ ਉਹਨਾਂ ਦੇ ਬ੍ਰਦਰ ਦਾ ਨੇਚਰ ਬਿਲਕੁਲ ਉਹਨਾਂ ਦੇ ਵਿੱਚ ਐਟੀਟਿਊਡ ਦੀ ਕੋਈ ਚੀਜ਼ ਹੀ ਨਹੀਂ ਹੈ ਨਾ ਵੀ ਉਹਨਾਂ 'ਚ ਐਟੀਟਿਊਡ ਹੋਏਗਾ ਐਟੀਟਿਊਡ ਵੀ ਬੰਦੇ 'ਚ ਉਦੋਂ ਆਉਂਦਾ ਜਦੋਂ ਬੰਦਾ ਕੋਈ ਮੁਕਾਮ ਹਾਸਲ ਕਰ ਚੁੱਕਾ ਇਫ ਅਗਰ ਉਹ ਸਿੰਗਰ ਬਣ ਗਿਆ ਉਹ ਪੀਕ 'ਚ ਚੱਲਦਾ ਪਿਆ ਆ ਤਾਂ ਉਹਨੂੰ ਕਹਿ ਸਕਦੇ ਕਿ ਇਹਦੇ ਵਿੱਚ ਆਕੜਾ ਸਾਦੀ ਕਿਉਂਕਿ ਇਹ ਇਸ ਟਾਈਮ ਪੀਕ 'ਤੇ ਚੱਲਦਾ ਪਿਆ ਅਗਰ ਉਹ ਐਕਟਰ ਬਣ ਜਾਵੇ ਤਾਂ ਵੀ ਆਪਾਂ ਨੂੰ ਕਹਿ ਸਕਦੇ ਕਿ ਹਾਂ ਇਹ ਐਕਟਰ ਆ ਇਹਦੇ ਵਿੱਚ ਐਟੀਟਿਊਡ ਆ ਸਕਦਾ ਪਰ ਇਹ ਤਾਂ ਬੇਇੱਜ਼ਤੀ ਕਰਾਂਦੀ ਹਰ ਜਗ੍ਹਾ ਜਾ ਜਾ ਕੇ ਇਹ 'ਚ ਕਦਾ ਐਟੀਟਿਊਡ ਆਇਆ ਓਏ ਉਹਨਾਂ ਦੇ ਪਾਪਾ ਜੀ ਜਿੱਦਾਂ ਨੇਚਰਸ ਉਹਨਾਂ ਦੇ ਗ੍ਰੈਂਡਫਾਦਰ ਗ੍ਰੈਂਡਮਦਰ ਆਲਸੋ ਗੁੱਡ ਐਨੀ ਪਰਸਨ ਫੈਮਿਲੀ ਹਰ ਲੱਖ ਦੀ ਲਾਂਡ ਤੇ ਭੈਣ ਚੋ ਰੁਕੀ ਆ ਹੈਲੋ ਰਿੰਕਲ ਤੇ ਕੋ ਨੋਕੀਆ ਦਾ ਮੋਬਾਈਲ ਹੈਗਾ C2 ਤਾਂ ਕੁਛ ਹੋਰ ਨਹੀਂ ਹੁੰਦਾ ਉਹ ਇਹ ਮੁੰਡੇ ਦੀ ਗੱਲ ਨਹੀਂ ਕਰਦਾ ਪਿਆ ਮੈਂ ਨੋਕੀਆ C2 ਅੱਛਾ ਯਾਰ ਭੈਣ ਨੇ ਭੋਰੀ ਇਹਦਾ ਭੋਰੀ ਇਹਦਾ ਨੂੰ ਫੋਨ ਕਰ ਸੜ ਨੂੰ ਕਿ ਹਾਂ ਭੈਣ ਨੂੰ ਅੰਗਰੇਜ਼ੀ ਨਾ ਆ ਓਕੇ ਓਕੇ ਲਵ ਯੂ ਗ੍ਰੈਂਡ ਪੇਰੈਂਟਸ ਗ੍ਰੈਂਡਫਾਦਰਸ ਫਾਦਰਸ ਦਾ ਨੇਚਰਸ ਭੈਣ ਚ ਕੀ ਭੌਂਕੀ ਐ ਨਾ ਬਰਾਦਰ ਨੂੰ ਆਪ ਹੋਸ਼ ਐ ਕਿਹੜਾ ਮਾਲ ਮੂਲ ਖਾਦਾ ਦਾਦੇ ਭਰਾਵਾ ਅਸੀਂ ਵੀ ਕਾਲਿਆ ਕਰੀਏ ਅਸੀਂ ਥੋੜਾ ਸਿਸਟਮ ਚ ਆ ਜਾਈਏ ਉਸ ਚੀਜ਼ ਦੇ ਪਰ ਨਾ ਮਾਲਸ ਗ੍ਰੈਂਡ ਪੇਰੈਂਟਸ ਗ੍ਰੈਂਡਫਾਦਰਸ ਕਿਆ ਮੈਂ ਖੁਦ ਇੱਕ ਸੈਲੀਬ੍ਰਿਟੀ ਮੇਕਅਪ ਆਰਟਿਸਟ ਆ ਤੇ ਮੈਂ ਇਹਨਾਂ ਵਿੱਚ ਕੰਮ ਕੀਤਾ ਹੋਇਆ ਵਾ ਪਰ ਮੈਂ ਇਹ ਦੇਖਿਆ ਹਰ ਇੱਕ ਪਰਸਨ ਚ ਐਟੀਟਿਊਡਸ ਹੁੰਦਾ ਬਾਜੀ ਹੁਣੀ ਸੈਲੀਬ੍ਰਿਟੀ ਮੇਕਅਪ ਆਰਟਿਸਟ ਨੇ ਇਹਨਾਂ ਦੀ ਨਿਗਾਹ 'ਚ ਸੈਲੀਬ੍ਰਿਟੀ ਪਤਾ ਕੌਣ ਆ ਨੀਡੂ ਸ਼ਟਰ ਵਾਲਾ ਚੁੰਮੇ ਵਾਲੀ ਭਾਬੀ ਭੈਣ ਚੋ ਕਾਲੀ ਐਕਟਿਵ ਆ ਇਹਨਾਂ ਨੂੰ ਤਿਆਰ ਸ਼ਿਆਰ ਕਰਕੇ ਭੈਣ ਚੋ ਇਹਨਾਂ ਨੂੰ ਸਮਝ ਜਾਂਦੇ ਕਿ ਸੈਲੀਬ੍ਰਿਟੀ ਆ ਬ੍ਰੋ
अगर तू सेलिब्रिटी मेकअप आर्टिस्ट है ना तो मैं सेलिब्रिटी किलर है ब्रो कि हाँ भैन चो जो लैनी देनी की भी ना उन्होंने फिर मैं भी भैन चो फुकरी मैं करा मेरा भी नेचर बहुत गुड है लुक्स बहुत गुड है मेरे पेरेंट्स नाइस ने नेचर ओके साला इस दा भैन चो साप ही ना बन जाए यह घूसा और मेरे च भी एटीट्यूड है कि ना कि पर इन्हें बिल्कुल नहीं एटीट्यूड सर सारे वधिया हो गए ठीक है हो हो मैं रोज निकिता घराना ही बेचती तू अपनी कराई ना मेरे च भी एटीट्यूड आ ओके ठीक है इनू देख के कुत्ते डर जाते गली दे कि हाँ साड़ी रोटी ये आप खा जूगा इनू देख के भैन चो काम वाले कह लगे कि हाँ नौकर की शक्ल ये है तो सानू भैन चो नौकर रखे हुए ने इनू देख के कह सकते बंदा कि हाँ गली च पक्का कूड़ा चकना आया होगा यह तेरे वो तो चोरी का जो नाम भी लगे ना तो तेरा नाम पता की चकना कि हाँ सिर्फ टूटिया चोरी करता होगा क्योंकि तेरी शक्ल ही भैन चो पुदू आ रही है एटीट्यूड आ भाजी च अगे दिखाने इन्हों का शूट्स किदा हो रहा वा फोटोग्राफ्स किदा हो रही है तुम दिखाने देखते रहो इन्हों का शूट्स किदा होगा फोटोज किदा होगी फोटोग्राफ्स किदा होगी भैन चो इस तरह लगता भाजी हूँ जी चंगी तगड़ी बीमारी आ मैंने हजे तक नहीं समझ आता कि मैं वीडियो निकित बनानी सी भैन चो बेस्ती अपनी कराई जाता यह यार बंदे बड़े घूसे बैठे हुए इंडिया च मैं तो लगा सी कि हाँ लिमिटेड जे बंदे आ मैं ये चीज़ा देख के ना दीप मठौर की मैं बहुत इज्जत करना चाहता कि भैन चो शुक्र आ जिहड़ी चीज़ उन्हें नहीं आती वो करता नहीं पर नाइस ने ना करी जाता भैन च नवी नवी चीज़ा तुहाडे लई आउणगियां नवे नवे चीजा जिदा हर एक चीज तुहानू गाइड करनगे आउटफिट्स की होने चाहिए आ नवी नवी चीजा निकिता दीदी वालों आउणगियां पहले तो शायरियां दे नाल इन्हें अपनी बड़ी घूसियां भोरियां पर हुण नवी नवी चीजा लैके आ रहे ने बर्थडे टाइप के बलॉग आए ने विआह वाले बलॉग आए ने घर वाले बलॉग आए ने हुण भैन चो अपना विआह कराउण लगी उहदा बलॉग आ गया आ अगे दे बलॉग दे विच निकिता बीबी गत्ती अपने हत्थां ते तुर के दिखाएगी इहदा भरा आ जिहड़ा भैन चो उहना बड़ी फुद्दू गत्ता करके दिखाऊगा नहीं सॉरी नेचर जो कहूगा उस चीज होगी तुहानू गाइड करनगे आउटफिट्स की होने चाहिए आ की किस तरह दा रेडी होना चाहिए की नवी चीजा आनियां वा पहले मैं बहुत उदास था मेरे पास कपड़े पहनने के लिए होते नहीं थे मुझे पता नहीं था कि कपड़े कैसे पहनते हैं फिर मैंने निकिता बीबी कत्ती को देखना शुरू किया उसको देख के मुझे पता लगा कि अच्छा चिट्टे कच्छे के साथ काली बिरन डालनी चाहिए और काली बिरन के साथ चिट्टा कच्छा डालना चाहिए मुझे ऐसा लगा था कि शायद मैं कलर कॉम्बिनेशन को समझ नहीं पाऊंगा पर निकिता बीबी कत्ती द फैशन आइकन जिनके चैनल पे अभी आने वाली वीडियोस बताएंगे हमें कि कैसे कपड़े डालते हैं वैसे हम डालेंगे मुझे लगता था कि कोट पैंट के साथ हमें कच्चा बाहर से पहनना होता कि हम सुपरमैन लगे पर नहीं निकिता बीबी कत्ती ने बताया कि हाँ ऐसे सुपरमैन है ऐसे फुद्दी लोगों के जैसे उसका भाई है पर चलो ठीक है अब मैं कपड़े पहनना सीख गया हूँ अब मैंने प्यूमा की टी शर्ट डाली हुई है हमने गले में चेनी डाली हुई है और कैप डाली हुई है निकिता बीबी कत्ती की वजह से क्योंकि मैं उसको डाल के कपड़े देख दुनिया दे विच मैं बहुत फुद्दू देखे आ बहुत गलत काम देखे आ बड़े ही भैन चो अपमान जनित लोग देखे आ पर इन्हां वर्गा कोई मैं फुद्दू बंदा नहीं देखा अपनी दुनिया दे विच अपनी जिंदगी दे विच कि हाँ जिन्हें मैं कुछ कह सका मान लो कि तुसीं एक कुड़ी हो तुसीं ब्राइडल शाउट आउट करन गए आ किसी नूं मेकअप करा के उहदा शाउट आउट करन गए आ फोटोग्राफ्स करान गए आ अपना शूट करान गए आ तुसीं कीहड़ी लोकेशन चूज करोगे मे बी तुसीं खेत खलिआं यूज करोगे मे बी तुसीं एक रिजॉर्ट चूज करोगे मे बी तुसीं एक टेंट हाउस यूज करोगे या मे बी तुसीं पहाड़ यूज करोगे पर निकिता बीबी कत्ती जी पिज़्ज़ा हट दे बाहर खड़ी भैन चो फोटो वीडियो बनाउण दी अपनी फोटो खिचाउण दी पिज़्ज़ा हट च कीहड़ी वोटी जांदी आ ओए मैनूं इह दस दो पहलां एटीट्यूड वेरी गुड शॉट ओहो एटीट्यूड शो करो अच्छा नाइस परफेक्ट शॉट भैन चो इस तरह लाना भुली गया ब्रो तू पर मैं पहला जिंदगी दे विच ना भैन चो फोटोग्राफी या फोटो शूट देखिया जिहदे विच ना भैन चो फोन दे विच फोटो खिंचिया जा रही ब्राइडल शाउट आउट होण डिया फोटो शूट भैन चो फोन तो होण डिया वाह मैं की कुछ देखना मेरी अखां नूं भैन चो कैंसर हो जाणा किसे दिन भैन चो कि इह चीज़ां सारा देख के ना मैं आप पागल हो जाणा किसे दिन मैं इस मुद्दा नैक्सट लैवल पर पहुंचा पाया हाँ नॉट फ्रॉम फॉलोअर्स फ्रॉम माई माइंड सैट मैं शक्ति बटर पी चुका है हूँ मैं की करा बट गल्ला जो निकल दी दिल चो निकल दी मैं यार गीता मैम क्या कर रहे हो यार मेरी बारात तक चली है पहले मैंने गोलगप्पे खा लेने ओहो चलो आपका दूल्हा वेट कर रहा होगा फिरने दे ओहो बारात हजे लेट है ए गोलगप्पे खाई जांदी मैनूं लगे ये बकड़ा खाओगी क्योंकि इन्हां दे शहर दे विच ना
ਸਾਡੀ ਹਾਈਟ ਤੋਂ ਮੈਂ ਬਕੜੇ ਹੁੰਦੇ ਆ ਭੈਣ ਚ ਬਕੜਾ ਐਡਾ ਬਕਰਾ ਐਡਾ ਹੁੰਦਾ ਯਾਰ ਐਡਾ ਹੁੰਦਾ ਹੋਊਗਾ ਵੱਧ ਤੋਂ ਇੱਥੇ ਤਾਂ ਕਹਿੰਦਾ ਹੋਊਗਾ ਸਾਡੇ ਇਹਦਾ ਬਕੜਾ ਐਡਾ ਜਾਂਦਾ ਆ ਭੈਣ ਚ ਖੋਤੇ ਨੂੰ ਬਕੜਾ ਸਮਝ ਕੇ ਖਾਈ ਜਾਂਦੇ ਇਹ ਤੇ ਭੈਣ ਚ ਹੁਣ ਗੋਲ ਗੱਪੇ ਕਹਿੰਦੀ ਬੜਾਤ ਵੇਟ ਕਰੀ ਜਾਵੇ ਸਿੜਾ ਵੀਡੀਓ ਸਿੜਾ ਨਾਈਸ ਭੈਣ ਚ ਨਜ਼ਾਰਾ ਆ ਗਿਆ ਮੈਨੂੰ ਮੈਨੂੰ ਪੈਣ ਚ ਜਿਸ ਤਰ੍ਹਾਂ ਪਹਿਚਾਣਦੇ ਮੈਂ ਚੰਡੀਗੜ੍ਹ ਜਾ ਕੇ ਰਹਿ ਸਕਦਾ ਮੈਂ ਵੀ ਹਿੰਦੀ ਬੋਲਣ ਲੱਗ ਪੜੀ ਹਾਂ ਬਿਕੋਜ਼ ਆਫ ਕੋਰਸ ਬੋਲਣਾ ਚਾਹੀਏ ਹਮਾਰੀ ਇੰਡੀਆ ਕੀ ਮੇਨ ਹਿੰਦੀ ਉਹ ਜਿਸ ਕੋ ਤੁਮ ਭਈਆ ਬੋਲ ਰਹੇ ਹੋ ਉਹ ਭਈਆ ਸੱਚੀ ਦੇ ਵਿੱ
ਪੰਜਾਬੀ ਮੇਨ ਆ ਬਸ ਉਸ ਚੀਜ਼ ਨੂੰ ਲੈ ਕੇ ਅੱਜ ਵੀ ਕੱਲ ਵੀ ਤੇ ਆਉਣ ਵਾਲੇ ਫਿਊਚਰ ਤੱਕ ਜਦੋਂ ਤੱਕ ਮੇਰੀ ਵੀਡੀਓ ਚੱਲੂਗੀ ਪੰਜਾਬੀ ਹੀ ਆਊਗੀ ਇਹ ਨਹੀਂ ਕਿ ਹਾਂ ਅਗਰ ਮੈਂ ਕਿਸੇ ਹਿੰਦੀ ਵਲੌਗਰ ਨੂੰ ਵੀ ਰੋਸਟ ਕਰੂੰਗਾ ਉਹ ਵੀ ਪੰਜਾਬੀ ਦੇ ਵਿੱਚ ਹੀ ਕਰੂੰਗਾ ਬਟ ਇਹ ਭੈਣ ਚੋ ਇਹਨਾਂ ਵਰਗਾ ਦੋਗਲਾ ਕਦੀ ਨਹੀਂ ਹੋਣਾ ਇੱਕ ਪਾਸੇ ਸਿੱਧੂ ਮੂਸੇਵਾਲੇ ਦੀ ਭੈਣ ਭਰਾ ਦੀ ਜਿਹਨੇ ਪੂਰੇ ਪੰਜਾਬ ਨੂੰ ਵਰਲਡ ਵਾਈਡ ਫੇਮਸ ਕੀਤਾ ਤੇ ਉੱਥੇ ਆਪ ਹੀ ਹਿੰਦੀ ਦੇ ਵਿੱਚ ਉਹ ਗੱਲਾਂ ਕਰਨ ਦੀ ਕਿ ਹਾਂ ਹਮ ਅੱਜ ਆਏ ਹੈ ਹਮ ਐਸੇ ਕਰਾਂਗੇ ਹਮ ਵੈਸੇ ਕਰਾਂਗੇ ਹਮ ਕਲਾ ਨੋਰ ਮੇ ਹੈ ਹਮ ਐਸੇ ਹੈ ਹਮ ਵੈਸੇ ਮੈਡਮ ਲੱਖ ਦੀ ਲਾਨਤ ਤੁਹਾਡੇ ਤੇ मेनू अज तक रब तो कोई शिकायत नहीं सिर्फ एक गल छड़ गई मेनू बस एको गल दी शिकायत है कि रब्बा मेरी भैन क्यों है नहीं गी मैं अगर मेरी भैन होंगी ना मैं जिंदगी जिहड़ी चीज़ वो मंगती जिहड़ी चीज़ वो कपड़े नूं कहिंदी जिद्दां दे पाउणा चाहुंदी जिथे घूमना चाहुंदी जो चीज़ चाहुंदी मैं हर चीज़ लैके देनी सी मैं अपने छोटे भरा नूं चीज़ करदा पर इहो जिहा फुद्दू भरा मैं कदी नहीं होना सीगा कि हाँ जिहड़ा अपनी भैन नूं बदले दे फ्री दे शाउट आउट बदले रेडी करा के बिठा के नाल किसे मुंडे दे जिहनूं मर्जी जिद्दां मर्जी टच करे जिद्दां मर्जी उहदी बेइज्जती करावे जिहड़ी मर्जी लैंग्वेज बुलावे जो मर्जी करावे तां मेरी भैणों करे कदी इहदा जमीर नहीं मन्नना सी मेरा कि हाँ नहीं चल कर ला चार व्यू आ जाएंगे व्यू जिंदगी दे विच आंदे जांदे रहणगे मैं अपनी वीडियो पाना व्यू ली पाना कि हाँ मैनूं व्यू होगा मेरा चैनल ग्रो होगा मैनूं पैसे मिलूंगे पर उहदे नाल नाल ना कुछ चीज़ां नूं एंटरटेनमेंट भी मिलता कुछ लोगों नूं पैसे सीखण नूं भी मिलता बट इन्ना माड़ी जमीर वाला बंदा मैं कदी नहीं होया कि हाँ सिर्फ व्यू पिछे अपनी भैन नूं कहवां कि तैयार हो जा चल कोई ना वीडियो बना लैंदे आ पर इह बंदे एडे फुद्दू हैगे ना आ तां चलो ब्याह वाला ब्लॉग कैप्शन की भाई कि निकी दा बीबी किद्दी दा हो गया ब्याह नाल क्वेश्चन मार्क पाता कि सवाल खड़ा हो जाए सालियो तुम सीधा सीधा बन गए हाँ ब्राइडल शाउटआउट किया ब्राइडल मेकअप किया ब्राइडल मेकअप किया आप उस चीज़ का फोटोशूट किया ना व्यू कितों आन गए क्वेश्चन मार्क पा गए लोगों के मन च वहम पा गए यही वहम इन्होंने पाया अपने पिछले ब्लॉग च किसी बंदे दे घरे गए आ हुण तुसीं किसी दे घरे जाऊंगे तो की गल्लां करोगे कि असीं किसी दे घरे आए पर ना इन्होंने अपना प्यो ही बदल लिया अपने दादे परदादे सारे ही बदले सालो लख दी लण तुहानूं कि एक ब्लॉग पिछे तुसीं अपने माँ प्यो बदले इन्होंने किसी के घर जाके ब्लॉग बनाया तो क्या कि यह साडा अपना घर है यह साडा कमरा ਇਹ ਸਾਡਾ ਇਹ ਸਾਡਾ ਉਹ ਚਲੋ ਉਹ ਵਲੌਗ ਵੱਲ ਚਲੀਏ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਤੁਹਾਨੂੰ ਆਪਣੇ ਘਰ ਦਾ ਜਿਹੜਾ ਕੀ ਆ ਹੋਮ ਟੂਰ ਕਰਵਾਵਾਂਗੀ ਇਹ ਮੇਰਾ ਨਿਊ ਹਾਊਸ ਹੈ ਤੇ ਅੱਜ ਸਾਡੇ ਜਾਣੇ ਤੁਹਾਨੂੰ ਦਿਖਾਣੇ ਆਪਣਾ ਨਵਾਂ ਘਰ ਸਾਰੇ ਕਮਾਈ YouTube ਤੋਂ ਕੀਤੀ ਆ ਇੰਨੀ ਕਮਾਈ ਹੋ ਗਈ ਕਿ 1 ਕਰੋੜ ਰੁਪਏ ਦਾ ਇਹਨਾਂ ਨੇ ਘਰ ਹੀ ਪਾਲਿਆ ਚਲੋ ਸਾਰੇ ਜਾਣੇ ਮਿਲ ਕੇ ਇਹਨਾਂ ਦਾ ਘਰ ਹੀ ਦੇਖੀਏ ਉਹ ਵੋਸ਼ਰੂਮ ਤੋਂ ਪਹਿਲਾਂ ਤੇ ਉਧਰ ਸਾਡਾ ਵੋਸ਼ਰੂਮ ਹੈ ਜਿਹੜੇ ਬੰਦੇ ਨੇ ਆਪਣਾ ਘਰ ਦਿਖਾਣਾ ਹੁੰਦਾ ਸਭ ਤੋਂ ਪਹਿਲਾਂ ਦਿਖਾਉਂਦਾ ਕਿ ਮੇਰਾ ਗੇਟ ਕਿਵੇਂ ਦਾ ਜਾਂ ਮੇਰੀ ਐਂਟਰੈਂਸ ਕਿਵੇਂ ਦੀ ਪਰ ਇਹ ਭੈਣ ਜੋ ਵਾਸ਼ਰੂਮ ਹੀ ਦਿਖਾਉਂਦੀ ਰਹੀ ਦੀਪ ਮਠਾਉ ਤੇ ਕਰੇਗੀ ਉੱਥੇ ਵਾਸ਼ਰੂਮ ਦਿਖਾਉਣ ਦੀ ਹੁਣ ਆਪਣਾ ਘਰ ਦਿਖਾ ਰਹੀ ਆ ਉੱਥੇ ਵੀ ਵਾਸ਼ਰੂਮ ਦਿਖਾ ਰਹੀ ਆ ਇੰਨਾ ਹੱਗਣ ਦਾ ਸ਼ੌਂਕ ਆ ਮੈਡਮ ਪਹਿਲਾਂ ਹੱਗ ਲਿਆ ਕਰੋ ਫੇਰ ਵੀਡੀਓ ਬਣਾ ਲਿਆ ਕਰੋ ਬਾਤ ਸਹੀ ਹੈ ਇਹ ਸਾਡੀ ਭਾਗੀ ਜਿਹੜਾ ਰੂਮ ਹੈ ਭਾਬੀ ਜੀ ਦਾ ਰੂਮ ਦੇਖ ਲਓ ਪਰ ਭਾਬੀ ਜੀ ਰੂਮ ਚ ਦਿਖਦੇ ਨਹੀਂ ਪਈ ਬਸ ਇਹੀ ਗੱਲਾਂ ਰਹਿ ਗਈਆਂ ਦੇਖਣ ਨੂੰ YouTube ਖੋਲੋ
ਕਿਸੇ ਦੀ ਭਾਬੀ ਜੀ ਦਾ ਕਮਰਾ ਕਿੱਦਾਂ ਦਾ, ਕਿਹੜਾ ਸਮਾਨ ਕਿੱਥੇ ਪਿਆ ਹੁੰਦਾ, ਸਾਰਾ ਦਿਖਾ ਦਿਓ ਸਾਨੂੰ। ਸਾਲੇ ਚੋਰਾਂ ਨੂੰ ਵੀ ਦਿਖਾ ਦਿਆ ਕਰੋ, ਟੱਪਣਾ ਕਿੱਥੋਂ ਆ, ਕੰਧ ਕੁੰਧ ਉਹ ਵੀ ਦੱਸ ਦਿਓ ਕਿ ਹਾਂ ਅਗਰ ਚੋਰੀ ਕਰਨੀ ਹੋਈ ਇੱਥੋਂ ਕੁੰਡੀ ਪੱਟ ਕੇ ਆ ਜਾਇਆ ਕਰੋ, ਟੱਪ ਕੇ ਇੱਧਰ ਚਲ ਜਾਇਆ ਕਰੋ। ਨਾ ਰੂਮ ਚ ਡੈਡੀ ਦਿਖਣ ਦੇ, ਨਾ ਹੀ ਰੂਮ ਚ ਮੰਮੀ ਦਿਖਦੇ ਪਿਆ। ਪਹਿਲੀ ਗੱਲ ਤਾਂ ਮੈਂ ਅੱਗੇ ਬੰਦ ਪਹਿਲਾਂ ਕਹਿ ਦੇਵਾਂ ਕਿ ਇਹ ਤਾਂ ਆਪਣਾ ਘਰ ਹੈ ਹੀ ਨੀ, ਜਿਹੜੀ ਨਾਲ ਦੀ ਕੁੜੀ ਘੁੰਮਦੀ ਪਈ ਹੈ ਉਹਦਾ ਘਰ ਆ। ਪਰ ਨਹੀਂ, ਵਿਊ ਆਣ ਕੇ ਤਾਂ ਭੈਣ ਚੋ ਪਿਓ ਹੀ ਬਦਲ ਲਿਆ, ਨਹੀਂ ਮੇਰਾ ਪਿਓ ਤੇ ਮਾਂ ਕੋਈ ਹੋਰ ਆ, ਉਹਨਾਂ ਦਾ ਕਮਰਾ ਆ। ਲੱਖ ਦੀ ਲੜਨ ਦੀ ਯਾਰ ਇਹੋ ਜਿਹੀ ਵਲੌਗਾਂ ਦੇ ਵੀ ਕਿ ਹਾਂ ਕਿ ਭੈਣ ਚੋ ਝੂਠ ਬੋਲਣ ਨੂੰ ਆਪਣੇ ਮਾਂ ਪਿਓ ਬਦਲਣੇ ਪੈਣ। ਕਿਆ ਜ਼ਮਾਨਾ ਆ ਗਿਆ ਯਾਰ। ਓਹੋ ਆਪਣਾ ਘਰ ਦਿਖਾ ਰਹੀ ਹੈ, ਟੂਰ ਕਰ ਰਹੀ ਹੈ, ਹਨਾ ਸਾਰਾ ਕੁਛ ਤੇਰਾ ਆਪਣਾ ਹੈ, ਤੈਨੂੰ ਪਤਾ ਹੋਣਾ ਬੱਤੀਆਂ ਕਿੱਥੋਂ ਜਗਦੀਆਂ, ਸਾਰੇ ਬੜੇ ਨੱਪ ਕੇ ਦੇਖ ਲਾ ਕਿਤੋਂ ਤੋਂ ਕਿਤੋਂ ਜਲੂਗੀ। ਇਹੋ ਜਿਹੇ ਚੱਕਰ ਹੁੰਦਾ ਕਿ ਫੁੱਦੂਆਂ ਦੇ ਨਾ ਸਿੰਗ ਨਹੀਂ ਲੱਗੇ ਹੁੰਦੇ, ਪਰ ਇਹਨਾਂ ਦੇ ਭੈਣ ਚੋ ਨਾ ਸ਼ਕਲ ਵਾ ਲੱਗਦੇ, ਹਾਂ ਸਰਟੀਫਾਈਡ ਫੁੱਦੂ ਆ ਕਿ ਹਾਂ ਨਹੀਂ ਵਿਊ ਆਉਣੇ ਆ। ਪਰ ਬੱਤੀਆਂ ਜਗਾਉਣਾ ਸਿੱਖ ਲਓ, ਪਹਿਲਾਂ ਆਪ ਹੀ ਪ੍ਰਿਪੇਅਰ ਕਰ ਲੈਣਾ ਕਿੱਥੋਂ ਕਿੱਥੋਂ ਕੀ ਬਣਦਾ। ਇਹ ਮੈਨੂੰ ਤਾਂ ਪਤਾ ਕਿਉਂਕਿ ਮੈਂ ਦੀਪ ਮਠਾਜੂ ਦਾ ਵਲੌਗ ਵੀ ਦੇਖਿਆ ਸੀ, ਮੈਂ ਉੱਥੇ ਰੋਸਟ ਕਰਨ ਲੱਗਾ ਸੀ, ਪਰ ਮੈਨੂੰ ਸੁਜੈਸ਼ਨ ਦੇ ਵਿੱਚ ਇਹਦਾ ਆ ਗਿਆ ਕਿ ਹਾਂ ਇਹਨੇ ਵੀ ਘਰ ਟੂਰ ਬਣਾਇਆ। ਮੈਂ ਕਿਹਾ ਦੇਖਿਆ ਸਾਲਾ ਘਰ ਦੋਨਾਂ ਦਾ ਸੇਮ ਆ, ਇੱਕ ਬੰਦਾ ਸੱਚ ਬੋਲ ਕੇ ਪਾਉਣ ਡਿਆ ਕਿ ਹਾਂ ਇਹਦਾ ਘਰ ਆ, ਤੇ ਇਹ ਪਾ ਰਹੀ ਕਿ ਹਾਂ ਮੇਰਾ ਆਪਣਾ ਘਰ ਆ। ਗੈਸਟ ਵੀ ਦੇਖ ਲਓ ਇੱਦਾਂ ਲੱਗਣ ਜਿੱਦਾਂ ਕਿ ਚੋਰ ਕੁੱਟ ਕੇ ਬਿਠਾਏ ਹੁੰਦੇ ਕਿ ਹਾਂ ਨਹੀਂ ਬੜੇ ਮਾਤਮ ਛਾਇਆ ਪਿਆ ਹੋ ਗਈ, ਅੱਛਾ ਗੈਸਟ ਆ ਸੀ ਭੈਣ ਚੋ, ਆਪ ਵੀ ਗੈਸਟ ਆਈ ਆ ਤੂੰ, ਚੱਲ ਛੱਡ ਯਾਰ ਤੇਰਾ ਕਹਿਣਾ ਤਾਂ ਕੀ ਕਹਿਣਾ। ਇੱਥੇ ਨਾ ਮੈਂ ਕਹਿੰਦਾ ਇਹਨੇ ਪੂਰਾ ਘਰ ਦਾ ਵਲੌਗ ਪਾਇਆ, ਇਹਨੇ ਪੂਰੇ ਘਰ ਦੇ ਵਲੌਗ ਸਾਰੇ ਦੇ ਕਮਰੇ ਦਿਖਾ ਤੇ, ਤੇਰਾ ਘਰ ਸੀਗਾ ਤੂੰ ਆਪਣਾ ਕਮਰਾ ਦਿਖਾ ਦੇਗੀ, ਆਹ ਮੇਰਾ ਰੂਮ ਆ ਜੀ, ਆ ਮੇਰੀ ਫੋਟੋ ਦੇਖ ਲਓ, ਇੱਕ ਫੋਟੋ ਇਹਦੀ ਆਪਣੀ ਹੈ ਨਹੀਂ ਸੀਗੀ, ਕਿੱਥੋਂ ਪਤਾ ਲੱਗਣਾ। ਐਂਡ 'ਚ ਕਹਿੰਦੇ ਓਹੋ ਇਟਸ ਪ੍ਰੈਂਕ, ਇਹ ਤਾਂ ਇਹਨਾਂ ਦਾ ਘਰ ਹੈ ਜੀ, ਇਹ ਸਾਡਾ ਹੈ ਹੀ ਨਹੀਂ। ਇਹਨੇ ਵੀ ਕਾਹਦੇ ਲਾਲਚ ਪੈ ਗਈ ਕਿ ਕਿਸੇ ਘਰ ਨੂੰ ਆਪਣਾ ਘਰ ਕਹਿ ਤਾ ਠੀਕ ਆ, ਪਰ ਕਿਸੇ ਦੇ ਮਾਂ ਪਿਓ ਨੂੰ ਆਪਣਾ ਪਿਓ ਕਹਿ ਤਾ ਕਿ ਹਾਂ ਨਹੀਂ ਮੇਰਾ ਡੈਡੀ ਮੰਮੀ ਦਾ ਕਮਰਾ ਜੀ, ਇਹ ਇੱਦਾਂ ਉੱਦਾਂ। ਤੁਹਾਡੇ ਵਰਗੇ ਦਾ ਕੁਛ ਨਹੀਂ ਹੋ ਸਕਦਾ, ਪਰ ਜੋ ਚੀਜ਼ ਹੋਈ ਆ ਉਹਦੇ ਲਈ ਮੈਂ ਕਹਿ ਦੇਵਾਂ ਕਿ ਆਪਣੇ 150K ਹੋ ਚੁੱਕੇ ਆ। ਆ ਵੀਡੀਓ ਮੈਂ ਕੱਟ ਕੇ ਤਾਂ ਬਣਾ ਰਿਹਾ ਕਿਉਂਕਿ ਮੈਂ ਉਸ ਤੋਂ ਬਾਅਦ ਦੇਖਣ ਲੱਗ ਪਿਆ ਆਪਣੇ ਚੈਨਲ 'ਤੇ ਕੀ ਚੱਲਦਾ ਪਿਆ। ਸੋ 150K ਸਬਸਕ੍ਰਾਈਬਰ ਡਨ, 1.5 ਲੱਖ ਆਪਣਾ ਹੋ ਗਿਆ ਆ। ਬਰਥਡੇ ਤੱਕ ਦੀ ਲਿਮਿਟ ਸੀ, ਪਰ ਆਪਾਂ ਬਰਥਡੇ ਤੋਂ ਪਹਿਲਾਂ ਹੀ ਕੰਮ ਖਿੱਚ ਲਿਆ, ਅਤੇ ਥੈਂਕ ਯੂ ਸੋ ਮਚ ਤੁਸੀਂ ਇੱਥੇ ਤੱਕ ਮੈਨੂੰ ਸਪੋਰਟ ਕੀਤੀ। ਆਹ ਵੀਡੀਓ ਇੰਨੀ ਕੁ ਸੀ, ਜੇ ਵਧੀਆ ਲੱਗੀ ਤਾਂ ਸ਼ੇਅਰ, ਲਾਈਕ, ਕਮੈਂਟ ਕਰਨਾ ਨਾ ਭੁੱਲਿਓ, ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਪਾਂ ਗੇਮ ਖਿੱਚੀ ਰੱਖਣੀ ਬਸ ਹੁਣ ਕਿ ਹਾਂ ਅੱਗੇ ਵਧੀ ਜਾਈਏ, ਹੋਰ ਕਰੀ ਜਾਈਏ, ਨਵੀਂ ਨਵੀਂ ਵੀਡੀਓ ਆਉਂਦੀਆਂ ਰਹੂੰਗੀ ਅਸੀਂ ਚੈਨਲ ਦੇ ਉੱਪਰ। ਸਬਸਕ੍ਰਾਈਬ ਕਰ ਦਿਓ, ਬੈਲ ਨੋਟੀਫਿਕੇਸ਼ਨ ਔਨ ਕਰ ਦਿਓ, ਅਤੇ ਨਿਕਿਤਾ ਬੀਬੀ ਖੱਤੀ ਵਾਂਗੂ ਮੈਂ ਵੀ ਆਪਣਾ ਹੋਮ ਟੂਰ ਕਰਨ ਤਾਂ ਵਾਲਾ ਨੀਗਾ, ਪਰ ਹਾਂ ਤੁਹਾਨੂੰ ਵਲੌਗਰਾਂ ਦੇ ਹੋਮ ਟੂਰ ਜ਼ਰੂਰ ਦਿਖਾਉਂਦਾ ਰਹੂੰਗਾ। ਸੋ ਮਿਲਦੇ ਆ ਜਲਦੀ ਇੱਕ ਨਵੀਂ ਵੀਡੀਓ ਦੇ ਵਿੱਚ, ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਦੱਸ ਦਿਓ ਕਿ ਆ ਕਿਵੇਂ ਲੱਗੀ, ਬਕਵਾਸ ਲੱਗੀ ਤਾਂ ਵੀ ਦੱਸ ਦਿਓ। ਮਿਲਦੇ ਆ ਨਵੀਂ ਵੀਡੀਓ 'ਚ, ਬਾਏ ਬਾਏ।